ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਹ ਗੱਲ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਵਿੱਚੋਂ ਲਈ ਗਈ ਹੈ। ਸੋ ਦੋਸਤੋ ਬਹੁਤ ਹੀ ਸੋਹਣੀ ਗੱਲ ਹੈ ਅਤੇ ਵੀਡੀਓ ਵੀ ਬਹੁਤ ਛੋਟੀ ਹੈ, ਸੋ ਸਾਰੀ ਜ਼ਰੂਰ ਸੁਣਿਓ। ਸੋ ਹੁਣ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਦੋਸਤੋ ਸਿਕੰਦਰ 32 ਸਾਲ ਦੀ ਉਮਰ ਵਿੱਚ ਮਲੇਰੀਏ ਨਾਲ ਪੀੜਿਤ ਪੂਰਾ ਹੋਸ਼ ਹਵਾਸ ਵਿੱਚ ਮਰਿਆ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਉਸਨੇ ਲਿਖ ਕੇ ਕਿਹਾ ਸੀ ਕਿ ਉਸ ਦੇ ਮਰਨ 'ਤੇ ਉਸਦੀਆਂ 3 ਇੱਛਾਵਾਂ ਪੂਰੀਆਂ ਕੀਤੀਆਂ ਜਾਣ, ਯਾਨੀ 3 ਕੰਮ ਕੀਤੇ ਜਾਣ। ਪਹਿਲਾ ਕੰਮ, ਮੇਰੀ ਅਰਥੀ ਮੇਰੇ ਹਕੀਮ ਚੁੱਕ ਕੇ ਲੈ ਜਾਣ ਤਾਂ ਕਿ ਸੰਸਾਰ ਜਾਣ ਜਾਵੇ ਕਿ ਮੌਤ ਤੋਂ ਕੋਈ ਨਹੀਂ ਬਚਿਆ, ਕੋਈ ਨਹੀਂ ਬਚ ਸਕਦਾ। ਦੂਜਾ ਕੰਮ, ਕਬਰਸਤਾਨ ਤੱਕ ਰਸਤੇ ਉੱਤੇ ਮੇਰੇ ਖਜ਼ਾਨਿਆਂ ਵਿੱਚ ਪਏ ਹੀਰੇ ਮੋਤੀ ਖਿਲਾਰ ਦਿੱਤੇ ਜਾਣ ਤਾਂ ਕਿ ਹਰ ਕੋਈ ਜਾਣ ਜਾਵੇ ਕਿ ਸਭ ਦੌਲਤਾਂ ਅਤੇ ਸਾਰੇ ਖਜ਼ਾਨੇ ਇੱਥੇ ਹੀ ਰਹਿ ਜਾਣਗੇ। ਅਤੇ ਤੀਜਾ ਕੰਮ, ਮੇਰੀ ਅਰਥੀ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਮੈਂ ਸੰਸਾਰ ਨੂੰ ਦੱਸ ਸਕਾਂ ਕਿ ਜਿਸ ਨੇ ਦੁਨੀਆ ਜਿੱਤ ਲਈ ਸੀ, ਦੁਨੀਆ ਤੋਂ ਜਾਣ ਵੇਲੇ ਉਸ ਦੇ ਵੀ ਦੋਵੇਂ ਹੱਥ ਖਾਲੀ ਸਨ। ਸੋ ਦੋਸਤੋ ਇਹ ਗੱਲ ਤਾਂ ਇੱਥੇ ਖਤਮ ਹੋ ਜਾਂਦੀ ਹੈ, ਪਰ ਇਸ ਗੱਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੌਤ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਅਤੇ ਇਹ ਕੁਛ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਵੇਗਾ। ਸੋ ਦੋਸਤੋ ਇਹ ਵੀਡੀਓ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹ ਵੀ ਇਸ ਜ਼ਿੰਦਗੀ ਦੀ ਸੱਚਾਈ ਨੂੰ ਜਾਣ ਸਕਣ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।